मरे साडे मुंडे बॉर्डर ते मरते आ इन्हां दी की जिम्मेवारी आ सानू मार रहे ने असीं तुहानूं भरावां इक्को हत्थ मन के बेनती करदा मैं यार कट्टे हो के आपां लड़िए कट्टे हो के लड़ लो नहीं मारे जावांगे हत्थ मन के बेनती करदा ਇਹ ਵਿਤਕਰੇ ਕਰਦੀਆਂ ਨੇ ਸਰਕਾਰਾਂ ਹੁਣ ਤੁਹਾਨੂੰ ਅਸੀਂ ਅਸੂਲੀ ਗੱਲ ਕਹਿੰਦੇ ਆ ਸਾਡੇ ਨਾਲ ਸਾਡੀਆਂ ਦੁਕਾਨਾਂ ਤੇ ਕਰੋਨਾ ਕਿੱਥੋਂ ਆ ਰਿਹਾ ਜਦੋਂ ਇੱਥੇ ਕਰੋਨਾ ਨਹੀਂ ਸਾਡੇ ਗਰੀਬ ਬੰਦਾ ਦਿਹਾੜੀ ਕਰਨ ਵਾਲਾ ਬੰਦਾ ਕਿੱਥੇ ਜਾਊਗਾ ਭੁੱਖੇ ਮਰ ਗਏ ਹੋ ਮਰਾਂਗੇ ਦੀਆਂ ਮਾਰਗੀਆਂ ਨੀਤੀਆਂ ਨੇ ਉਹ ਦੇਖੋ ਚੱਲ ਕੇ ਉਹਨਾਂ ਨੇ ਹੁਣ ਕੀ ਬਿਆਨ ਦਿੱਤਾ ਹੋਊਗਾ ਕਿ ਅਸੀਂ ਕੋਈ ਅਸੀਂ ਫੈਸਲਾ ਲੈ ਰਹੇ ਆ ਉਹ ਤੁਹਾਡੇ ਫੈਸਲੇ ਕਰਕੇ ਤਾਂ ਜੇ ਇੱਥੇ ਬੈਠਿਆ ਭੁੱਖੇ ਮਰ ਗਏ ਭੁੱਖੇ ਸਾਡੇ ਬਾਹਰ ਤਾਂ ਨਹੀਂ ਆ ਰਹੇ बंद पाने बिलकुल बंद पाने ਅਸੀਂ ਜੀ ਇੱਥੇ ਪੰਜਾਬ ਸਰਕਾਰ ਮੁਰਦਾਬਾਦ ਨਾਰੇ ਇਸ ਕਰਕੇ ਲਾ ਰਹੇ ਹਾਂ ਕਿ ਇਹਨਾਂ ਦੇ ਠੇਕੇ ਖੁੱਲੇ ਨੇਗੇ ਸਾਡੇ ਆਮ ਨਾਗਰਿਕ ਨੇਗੇ ਜਿਹੜੇ ਉਹਨਾਂ ਦੀਆਂ ਦੁਕਾਨਾਂ ਬੰਦ ਕਰਤੀਆਂ ਅਸੀਂ ਇਹਨਾਂ ਦੀ ਸਰਕਾਰ ਦੀ ਹਦਾਇਤਾਂ ਦੀ ਅਸੀਂ ਪਾਲਣਾ ਕਰਦੇ ਹਾਂ ਸਾਡਾ ਆਮ ਵਰਗ ਪਾਲਣਾ ਕਰਦਾ ਠੀਕ ਹੈ ਇਹਨਾਂ ਨੇ 6 ਵਜੇ ਸਾਨੂੰ ਹੁਕਮ ਕੀਤੇ ਵੀ ਦੁਕਾਨਾਂ ਬੰਦ ਕਰੋ ਅਸੀਂ ਆਪਦੀਆਂ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਚਲੇ ਜਾਂਦੇ ਹਾਂ ਇਹ ਠੇਕੇ ਹੀ ਕਿਉਂ ਖੁੱਲੇ ਰਹਿੰਦੇ ਨੇ ਕਿਉਂਕਿ ਇਹ ਸਰਕਾਰ ਦੇ ਠੇਕੇ ਨੇ ਇੱਥੇ ਉਹਨਾਂ ਨੂੰ ਮੋਟੀ ਕਮਾਈ ਹੁੰਦੀ ਆ ਇਹ ਤਾਂ ਖੁੱਲੇ ਰਹਿੰਦੇ ਨੇ ਸਾਨੂੰ ਮਾਨਸਾ ਦਾ ਪੁਲਿਸ ਪ੍ਰਸ਼ਾਸਨ ਮਿਲਿਆ ਅਸੀਂ ਉਹਨਾਂ ਨੂੰ ਰੋਕਿਆ ਉਹਨਾਂ ਨੇ ਸਾਡੀ ਗੱਲ ਸੁਣੀ ਅਸੀਂ ਉਹਨਾਂ ਨੂੰ ਕਿਹਾ ਕਿ ਇਹ ਠੇਕਾ ਖੁੱਲਾ ਜਨਾਬ ਇੱਥੇ ਚੋਰ ਮੋੜੀ ਨਾਲ ਸ਼ਰਾਬ ਵੰਡੀ ਜਾ ਰਹੀ ਆ ਉਹਨਾਂ ਨੇ ਖੁਦ ਦੇਖਿਆ ਪਰ ਸਾਨੂੰ ਪ੍ਰਸ਼ਾਸਨ ਅੱਗੋਂ ਜਵਾਬ ਆਇਆ ਤੁਸੀਂ ਸਾਰੇ ਸੁਣ ਕੇ ਹੈਰਾਨ ਹੋਵੋਗੇ ਸਾਨੂੰ ਪ੍ਰਸ਼ਾਸਨ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਬੰਦ ਕਰਾ ਦਿਓ ਕਮਾਲ ਦੀ ਗੱਲ ਹੈ ਯਾਰ ਜਿਹੜੇ ਚੀਜ਼ ਪ੍ਰਸ਼ਾਸਨ ਨਹੀਂ ਬੰਦ ਕਰਾ ਸਕਦਾ ਉਹ ਇੱਕ ਆਮ ਨਾਗਰਿਕ ਬੰਦ ਕਰਾਊਗਾ ਜੇ ਸਾਡੀਆਂ ਦੁਕਾਨਾਂ ਖੁੱਲੀਆਂ ਹੁੰਦੀਆਂ ਤਾਂ ਪ੍ਰਸ਼ਾਸਨ ਬੰਦ ਕਰਾਊਗਾ ਜੇ ਠੇਕੇ ਖੁੱਲੇ ਨੇ ਤਾਂ ਆਮ ਨਾਗਰਿਕ ਬੰਦ ਕਰਵਾਊਗਾ ਇਹ ਕਿੱਥੋਂ ਦਾ ਇਨਸਾਫ ਹੈ ਇਹ ਵਿਤਕਰਾ ਸਾਡੇ ਨਾਲ ਹੀ ਕਿਉਂ ਹੋ ਰਿਹਾ ਹੈ ਇਹ ਚੋਰ ਮੋਰੀਆਂ ਸ਼ਰਾਬਾਂ ਵੰਡ ਰਹੇ ਨੇ ਮੋਟੀ ਕਮਾਈ ਕਰ ਰਹੇ ਨੇ ਸਾਡੀ ਇਹੀ ਮੰਗ ਹੈ ਕਿ ਸਰਕਾਰ ਜਾਂ ਤਾਂ ਸਾਡੀਆਂ ਦੁਕਾਨਾਂ ਵੀ ਬਰਾਬਰ ਖੋਲ੍ਹੇ ਜਿੰਨਾ ਟਾਈਮ ਠੇਕੇ ਖੁੱਲ੍ਹੇ ਰਹਿਣਗੇ ਸਾਡੀਆਂ ਦੁਕਾਨਾਂ ਖੁੱਲ੍ਹੀਆਂ ਹੋਣਗੀਆਂ ਜਾਂ ਠੇਕੇ ਬੰਦ ਕਰ ਸਾਡੀ ਦੁਕਾਨਾਂ ਦੇ ਬਰਾਬਰ ਕਰੇ ਜਾਣ ਕੋਈ ਚੋਰ ਮੋਰੀ ਨਾ ਹੋਵੇ ਕੋਈ ਠੇਕੇ ਤੋਂ ਸ਼ਰਾਬ ਨਾ ਵੰਡੀ ਜਾਵੇ ਅਸੀਂ ਸਰਕਾਰ ਨੂੰ ਇਹੀ ਅਪੀਲ ਕਰਦੇ ਹਾਂ ਸਰ ਠੇਕੇ ਤਾਂ ਖੁੱਲ੍ਹੇ ਪਏ ਨੇ ਆਮ ਦੁਕਾਨਾਂ ਬੰਦ ਕੀਤੀਆਂ ਪਈਆਂ ਨੇ ਜਿਹੜਾ ਗਰੀਬ ਬੰਦਾ ਰੇੜੀ ਵਾਲਾ ਬੰਦਾ ਹੈਗਾ ਜਿਹੜਾ ਰੋਜ਼ ਦਾ 400 ਰੁਪਏ 500 ਰੁਪਏ ਕਮਾ ਕੇ ਘਰੇ ਵੜਦਾ ਹੈਗਾ ਉਹ ਖਾਲੀ ਹੱਥ ਵੜਦਾ ਹੈਗਾ ਕਾਰਨ ਕੀ ਹੈ ਸਰਕਾਰ ਦਾ ਕਾਰਨ ਇਹ ਯਾਰ ਕਿਉਂ ਤੁਹਾਨੂੰ ਭੁੱਖੇ ਮਾਰਿਆ ਯਾਰ ਇਸ ਗੱਲ ਮਾਰੇ ਇਹਨਾਂ ਤੁਹਾਨੂੰ ਕੀ ਮਿਲ ਜੂਗਾ ਸਾਡੇ ਜਿਮ ਬੰਦ ਕਰਤੇ ਸਕੂਲ ਬੰਦ ਕਰਤੇ ਬੱਚੇ ਘਰੇ ਬੈਠੇ ਨੇ ਇਹ ਗੱਲ ਦਾ ਕੋਈ ਮੇਰੇ ਕੋਈ ਹੱਲ ਨਹੀਂ ਹੈਗਾ ਇਸ ਚੀਜ਼ ਦਾ ਸਾਨੂੰ ਤਾਂ ਇਹੀ ਅਪੀਲ ਹੈ ਬਾਈ ਜੀ ਵੀ ਸਾਨੂੰ ਹਰੇਕ ਬਰਾਬਰ ਹੱਕ ਦਿੱਤਾ ਜਾਵੇ ਪਹਿਲਾਂ ਟਾਈਮ ਸੀਗਾ 8 ਵਜੇ ਦਾ ਫਿਰ 6 ਵਜੇ ਦਾ ਕਰਤਾ 6 ਵਜੇ ਤੋਂ ਬਾਅਦ ਤਾਂ ਕਮਾਈ ਸ਼ੁਰੂ ਹੁੰਦੀ ਹੈ ਗਰੀਬ ਲੋਕਾਂ ਦੀ ਆ ਰੇੜੀ ਵਾਲਾ ਬੰਦਾ ਹੋ ਗਿਆ ਠੀਕ ਹੈ ਆਟੋ ਚਾਲਕ ਹੋ ਗਿਆ ਰਿਕਸ਼ਾ ਚਾਲਕ ਹੋ ਗਿਆ ਇਹਨਾਂ ਦੀ ਕਮਾਈ ਬੰਦ ਕਰਤੀ ਇਹਨਾਂ ਨੇ ਉਹ ਗਰੀਬ ਬੰਦਾ ਕਿੱਥੋਂ ਖਾਊਗਾ ਅਸੀਂ ਕਿੱਥੋਂ ਖਾਵਾਂਗੇ 6 ਵਜੇ ਤੋਂ ਬਾਅਦ ਕਮਾਈ ਸ਼ੁਰੂ ਹੁੰਦੀ ਹੈ ਇਹਨਾਂ ਦੀ ਇਹ ਮਾਮਲਾ ਸਿਰਫ ਇੰਨਾ ਜੀ ਸਾਡੇ ਨਾਲ ਹੋ ਰਿਹਾ ਵਿਤਕਰਾ ਪੂਰੇ ਤੌਰ ਤੇ ਪੂਰਨ ਤੌਰ ਤੇ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੇ ਨਾਲ ਵਿਤਕਰਾ ਕਰਿਆ ਜਾ ਰਿਹਾ ਇਹ ਸ਼ਰਾਬ ਦੇ ਠੇਕੇ ਖੁੱਲੇ ਨੇ ਤੇ ਸਾਡੇ ਜਿਹੜੀਆਂ ਸਾਡੀਆਂ ਦੁਕਾਨਾਂ ਨੇ ਸਾਡੇ ਹੋਰ ਰੁਜ਼ਗਾਰ ਨੇ
वो सारे बंद करा दिते गए ने। यह कितों का इंसाफ आ, साडे गरीबां नूं मारन दीआं नीतियां सरकार दीआं गंदियां नीतियां, साडा किसान मंडियां च रोल रहा, करोना उत्थे नहीं आउंदा। यह सरकार नूं पुछण वाला होवे मानसा च इक वेंटीलेटर नहीं, एक वेंटीलेटर की सहूलत नहीं, इन्होंने चलान कट्टे ने, किधर गया उन्होंने, हिसाब दिओ सानूं, हिसाब दिओ, असीं हिसाब मंगदे आ। यह वितकरा करदियां ने जी सरकारां, असीं सरकारां दा विरोध कर रहे हैं। इन्ने इकट्ठ च तुसीं देखिआ नौजवानां च गुस्सा, साडीआं जिम्मां बंद कर दित्तीआं गईआं, साडे स्कूल कॉलेज सब कुछ बंद कर दित्ता गया। यह शराब के ठेके शरेआम चल रहे हैं, चोर मोरियां राही शराब बेची जा रही आ, असीं उहदे विरोध करन दे चक्कर च असीं इत्थे आए हुए आ। तुसीं दे दिओ, आपां कारवाई कर दिंदे आ। जिथे तुहानूं तुहाडे कोल कोई शॉर्ट्स हैगे कि जिहड़ा कोई दुकान बंद करन तों बाद कोई कर रहा हैगा, आपां कारवाई करा दिंदे आ। ਤੁਸੀਂ ਖੁਦ ਦੇਖ ਸਕਦੇ ਹੋ ਕਿ ਸਾਰੇ ਲੋਕ ਜਿਹੜੇ ਹੈਗੇ ਉਹ ਬੜਾ ਕੋਪਰੇਟ ਕਰ ਰਹੇ ਨੇ, ਅਤੇ ਮਤਲਬ ਜਿਹੜਾ ਆਪਣਾ ਕੋਵਿਡ ਦਾ ਚੱਲ ਰਿਹਾ ਹੈਗਾ ਉੱਤੇ ਕਾਫੀ ਕੰਟਰੋਲ ਵੀ ਚੱਲ ਰਿਹਾ ਹੈਗਾ ਹੁਣ ਪਿਛਲੇ ਦੋ ਤਿੰਨ ਦਿਨਾਂ ਤੋਂ, ਮਤਲਬ ਆਪਣੇ ਕੇਸਿਸ ਕੰਟਰੋਲ 'ਚ ਹੈਗੇ, ਅਤੇ ਆਪਾਂ ਹੁਣ ਅਗਲੇ ਹਫ਼ਤੇ ਭਰ ਮੈਨੂੰ ਲੱਗਦਾ ਕਿ ਆਪਾਂ ਜਿਸ ਤਰੀਕੇ ਨੂੰ ਫੋਲੋ ਕਰਾਂਗੇ ਅਤੇ ਕਾਫੀ ਮਤਲਬ ਬੜੀ ਤਾਦਾਦ 'ਚ ਜਿਹੜਾ ਹੈਗਾ ਆਪਾਂ ਨੂੰ ਇਸ 'ਚ ਕਾਮਯਾਬੀ ਮਿਲੇਗੀ ਕੋਰੋਨਾ 'ਤੇ ਕਾਬੂ ਪਾਉਣ 'ਚ। ਜਿਹੜਾ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ 'ਤੇ ਜਾਣਾ, ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣਾ ਜਿਹੜਾ ਹੈਗਾ ਉਹ 'ਚ ਛੂਟ ਹੈਗੀ। ਕੋਈ ਕਿੱਥੋਂ ਦੂਜੇ ਜ਼ਿਲ੍ਹੇ ਤੋਂ ਆ ਰਿਹਾ ਹੋਵੇ, ਕੋਈ ਕੰਮ ਵਾਸਤੇ ਜਾ ਰਿਹਾ ਹੋਵੇ, ਉਹਨੂੰ ਅਲਾਊਡ ਹੈਗਾ ਜੀ। ਟੂ ਐਂਡ ਫਰੋ ਜਿਹੜਾ ਹੈਗਾ, ਤੁਸੀਂ ਗਾਈਡਲਾਈਨ ਪੜ੍ਹੀ ਹੋਣੀ, ਟੂ ਐਂਡ ਫਰੋ ਜਿਹੜਾ ਹੈਗਾ ਉਹ ਅਲਾਊਡ ਹੈਗਾ। ਸਰ ਕੁਝ ਨੌਜਵਾਨ ਅੱਜ ਬੱਸ ਸਟੈਂਡ ਦੇ ਬਾਹਰ ਹੰਗਾਮਾ ਕਰ ਰਹੇ ਨੇ, ਪੰਜਾਬ ਸਰਕਾਰ ਮੁਰਦਾਬਾਦ ਦੇ ਨਗਾਰੇ ਲਗਾ ਰਹੇ ਨੇ, ਕੁਝ ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਕੀ ਸਰ ਲੱਗਦਾ ਤੁਹਾਨੂੰ? ਮੈਨੂੰ ਲੱਗਣ ਵਾਲੀ ਕੋਈ ਗੱਲ ਨਹੀਂ ਹੈਗੀ ਇਹ 'ਚ। ਜਿਹੜਾ ਹੈਗਾ ਉਹ ਉਹਨਾਂ ਨੂੰ ਪੁੱਛ ਲਿਓ ਕੀ ਪ੍ਰੋਬਲਮ ਹੈਗੀ ਉਹਨਾਂ ਦੀ। ਅਸੀਂ ਜਿਹੜਾ ਹੈਗਾ ਇੰਪਾਰਸ਼ਲੀ ਸਾਰਾ ਕੰਮ ਕਰ ਰਹੇ ਹੈਗੇ। ਸਰ ਉਹ ਠੇਕੇ ਖੁੱਲ੍ਹੇ ਅਤੇ ਉਹ ਨਹੀਂ ਤੁਸੀਂ ਚੋਰ ਮੋਰੀਆਂ ਦੀ ਸ਼ਰਾਬ ਵਿਕ ਰਹੀ ਹੈਗੀ। ਹਾਂ ਹਾਂ, ਅਤੇ ਉਹ ਅਲਾਊਡ ਨਹੀਂ ਹੈਗਾ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਥਾਂ 'ਤੇ, ਅਤੇ ਉਹਦੇ ਵਾਸਤੇ ਨਾਰੇ ਲਾਉਣਾ ਅਤੇ ਉਹ ਮਤਲਬ ਕੋਰੋਨਾ ਦੀ ਗਾਈਡਲਾਈਨ ਦਾ ਜਿਹੜਾ ਹੈਗਾ ਉਹ ਵਾਇਲੇਸ਼ਨ ਕਰਨਾ ਜ਼ਰੂਰੀ ਨਹੀਂ ਹੈਗਾ। ਉਸ ਗੱਲ ਨੂੰ ਅਪਰੋਪਰੀਏਟ ਤਰੀਕੇ ਨਾਲ ਉਠਾਇਆ ਜਾ ਸਕਦਾ ਹੈ। ਸਰ ਜਿਸ ਤਰ੍ਹਾਂ ਦੇ ਇਹ ਨੌਜਵਾਨ ਇਕੱਠੇ ਹੋਏ ਹੋਏ ਨੇ, ਸੋਸ਼ਲ ਡਿਸਟੈਂਸ ਵੀ ਨਹੀਂ ਰੱਖ ਰਹੇ, ਇਹਨਾਂ ਦੇ ਮੂੰਹ 'ਤੇ ਮਾਸਕ ਵੀ ਨਹੀਂ ਲੱਗੇ ਹੋਏ, ਹਾਂ ਤਾਂ ਕਾਰਵਾਈ ਕਰਾਂਗੇ ਜੀ, ਬਿਲਕੁਲ ਕਰਾਂਗੇ। ਹਾਂਜੀ। ਦੁਖੀ ਭੈਣ ਭਰਾਵਾਂ ਦੇ ਮਸੀਹਾ, ਪੰਜਾਬ ਦੇ ਮਸ਼ਹੂਰ ਜੋਤਿਸ਼, 50 ਸਾਲਾਂ ਦਾ ਮਹਾਨ ਤਜਰਬਾ, ਸਵਾਮੀ ਸ਼ੁਕਰਾਚਾਰੀਆ, ਮਾਂ ਕਾਲੀ ਉਪਾਸਕ, ਤਾਂਤਰਿਕ ਵਿਧੀ ਨਾਲ ਪਾਓ 100% ਗਾਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ, ਪਤੀ ਪਤਨੀ 'ਚ ਝਗੜਾ, ਪ੍ਰੇਮ ਵਿਆਹ 'ਚ ਰੁਕਾਵਟ, ਸੌਧਨ ਦੁਸ਼ਮਣ ਦਾ ਖਾਤਮਾ, ਵਿਦੇਸ਼ 'ਚ ਪੱਕਾ ਹੋਣਾ, ਕੀਤਾ ਕਿਰਾਇਆ, ਗੁਪਤ ਵਸ਼ੀਕਰਨ ਕਰਾਓ, ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਬਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਸੰਪਰਕ ਕਰੋ 98 729 014 31।